20 ਸਾਲਾਂ ਤੋਂ ਪਾਣੀ ਦਾ ਨਿਕਾਸ ਰੋਕੇ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦਾ ਹੱਲ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਲ ਪ੍ਰਤਾਪ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਸਰਪੰਚ ਤਰਸੇਮ ਸਿੰਘ ਕਲਿਆਣਪੁਰ, ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੇ ਪ੍ਰਬੰਧਾਂ ਹੇਠ ਹੋਇਆ। ਪਿੰਡ ਕਲਿਆਣਪੁਰ ਦੇ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਪਿੰਡ ਦੀਆਂ ਕਲੋਨੀਆਂ ਵਿੱਚ ਗੰਦੇ ਪਾਣੀ ਨਾਲ ਮੁਸ਼ਕਿਲ ਆ ਰਹੀ ਸੀ, ਜਿਸ 'ਤੇ ਅਸੀਂ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਇਸ ਪਾਣੀ ਦੇ ਨਿਕਾਸ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਇਸ ਦੀ ਗ੍ਰਾਂਟ ਹਲਕਾ ਕਾਦੀਆਂ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਮਨਜ਼ੂਰ ਕਰਵਾ ਦਿੱਤੀ ਹੈ। ਪਿੰਡ ਵਾਲੇ ਨੇ ਮਾਰਕੀਟ ਕਮੇਟੀ ਚੇਅਰਮੈਨ ਮੰਨੀ ਗਿੱਲ ਅਤੇ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਅਤੇ ਸਰਪੰਚ ਤਰਸੇਮ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਜੋਗਿੰਦਰਪਾਲ ਸਿੰਘ ਨੂੰ ਆਈ ਸੀ ਦਾ ਪ੍ਰਧਾਨ, ਰਾਕੇਸ਼ ਮਸੀਹ ਨੂੰ BCL ਦਾ ਪ੍ਰਧਾਨ, ਰਾਜਵਿੰਦਰ ਕੌਰ ਨੂੰ ਮਹਿਲਾ ਵਿੰਗ ਦੀ ਪ੍ਰਧਾਨਗੀ ਦਿੱਤੀ ਗਈ। ਪਿੰਡ ਕਲਿਆਣਪੁਰ 'ਚ ਅੱਜ ਇੱਕ ਨਾਲੇ ਉਦਘਾਟਨ ਕਰਨ ਆਏ ਸੀਗੇ, ਅੰਦਾਜ਼ਨ 20 ਕੁ ਸਾਲਾਂ ਤੋਂ ਮੁਸ਼ਕਲ ਦੱਸ ਰਹੇ ਆ, ਬੜਾ ਬੁਰੇ ਹਾਲਾਤ ਨੇ, ਤੁਸੀਂ ਵੇਖ ਸਕਦੇ ਹੋ 4-4 ਫੁੱਟ ਤੱਕ ਘਰਾਂ 'ਚ ਪਾਣੀ ਚਲੇ ਗਿਆ। ਅਤੇ ਸਰਦਾਰ ਫਤਿਹਜੰਗ ਸਿੰਘ ਬਾਜਵਾ ਹੋਰਾਂ ਨੇ ਗ੍ਰਾਂਟ ਜਾਰੀ ਕੀਤੀ ਸੀਗੀ ਅਤੇ ਪਿੰਡ ਦੇ ਵਿੱਚ ਸੜਕ ਵੀ ਬਣ ਰਹੀ ਆ ਅਤੇ ਉਹਦੇ ਨਾਲ ਜਿੰਨਾ ਵੀ ਨਾਲੇ ਦੀ ਮੁਸ਼ਕਲ ਸੀਗੀ ਉਹ ਸਾਰੀ ਹੱਲ ਕਰ ਲਈ ਗਈ ਹੈ। ਇਹਦਾ ਉਦਘਾਟਨ ਕਰ ਦਿੱਤਾ ਗਿਆ ਅਤੇ 15-20 ਦਿਨ ਤੱਕ ਅੰਦਾਜ਼ਨ ਤੌਰ 'ਤੇ ਸਾਨੂੰ ਆਸ ਵੀ ਕੰਮ ਮੁਕੰਮਲ ਹੋ ਜੂਗਾ। ਮੁਸ਼ਕਲ ਅੰਦਾਜ਼ਨ 20 ਸਾਲ ਤੁਸੀਂ 20 ਸਾਲ ਤੋਂ ਵੈਸੇ ਤਾਂ ਪਲੱਸ ਹੀ ਦੱਸ ਰਹੇ ਆ, ਅਸੀਂ ਚਲੋ 20 ਸਾਲ ਮੰਨ ਕੇ ਚੱਲ ਰਹੇ ਹਾਂ ਇਸ ਚੀਜ਼ ਨੂੰ, ਅਤੇ ਬਹੁਤ ਬੁਰਾ ਹਾਲ ਸੀ, ਲੋਕ ਬਿਮਾਰੀਆਂ ਨਾਲ ਮਰ ਰਹੇ ਨੇ, ਘਰਾਂ 'ਚ ਪਾਣੀ ਵੜ ਗਿਆ ਸੀਗਾ। ਅਤੇ ਜਦੋਂ 2017 ਦੀ ਇਲੈਕਸ਼ਨ ਸੀ, ਬਾਜਵਾ ਸਾਹਿਬ ਨੇ ਇਹ ਵਾਅਦਾ ਕੀਤਾ ਸੀਗਾ ਕਿ ਦੁਬਾਰਾ ਪਿੰਡ 'ਚ ਵੋਟਾਂ ਲੈਣ ਤਾਂ ਆਵਾਂਗੇ ਜੇ ਕੰਮ ਸ਼ੁਰੂ ਕਰਾਵਾਂਗੇ, ਅਤੇ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ। ਆਵਾਜ਼ੀ ਕੰਮ ਟੀਵੀ ਲਈ ਧਾਰੀਵਾਲ ਤੋਂ ਰਣਜੀਤ ਸਿੰਘ ਦੀ ਰਿਪੋਰਟ।